ਸੰਦੂਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਇੱਕ ਐਨਆਰਆਈ ਸਿੰਘ ਨੌਜਵਾਨ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਦਰਅਸਲ ਜਦ ਉਹਨਾਂ ਨੇ ਕੁਝ ਹੁੱਲੜਬਾਜੀ ਕਰਦੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੌਜਵਾਨਾਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਉਸ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬਦੇ ਚਲਦਿਆਂ ਰਾਣਾ ਰਣਬੀਰ ਨੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਖੂਨ ਦੀ ਹੋਲੀ ਹੁੱਲੜ ਬਾਜੀ ਬੇਅਕਲੀ ਦੇ ਯਾਰ ਸੁਥਰਾ ਬੰਦਾ ਮਾਰ ਮਕਾਉਂਦੇ ਕਰਕੇ ਹੱਦਾਂ ਪਾਰ ਗੁਰੂ ਪੀਰਾਂ ਦੀ ਧਰਤੀ ਉੱਤੇ ਕੈਸਾ ਕਤਲੇਆ ਅੱਜ ਵੇਖ ਪੰਜਾਬੀ ਹੋਏ ਦੁਨੀਆ ਵਿੱਚ ਬਦਨਾਮ ਮਾਂ ਰੋਂਦੀ ਭੈਣ ਚੀਕਦੀ ਪਿਓ ਦਾ ਸੀਨਾ ਫਟਿਆ ਪਰ ਹੰਕਾਰੀ ਚਾਂਬਲ ਚਾਂਬਲ ਫਿਰ ਗੀਤਾਂ ਤੇ ਨੱਚਿਆ ਇਹ ਪੁੱਤਾਂ ਨੂੰ ਘਰਾਂ ਵਿੱਚ ਡੱਕ ਲਓ ਮੂੰਹ ਨੂੰ ਲਾ ਲਓ ਜਿੰਦੇ ਮਾਰਮਕਾਓ ਮਾਰਮਕਾਓ ਕਰਦੇ ਫਿਰਨ ਦਰਿੰਦੇ ਅਕਲ ਵਾਲਿਆ ਕਤਲ ਹੋਣ ਦੀ ਹੁਣੇ ਤਿਆਰੀ ਖਿੱਚ ਫੁਕਰੇ ਤੈਨੂੰ ਮਾਰਨ ਖਾਤਰ ਖੜੇ ਚਰਾਹੇ ਵਿੱਚ ਕੋਈ ਸ਼ਰਮ ਨਹੀਂ ਕੋਈ ਰੋਕ ਨਹੀਂ ਅੱਗ ਤਾਂ ਭਖਦੀ ਜਾਣੀ ਭੁੱਲ ਕੇ ਨਹੀਂ ਉਹ ਸਮਝਣਗੇ ਕੀ ਕਹਿੰਦੀ ਹੈ ਬਾਣੀ ਕੁਝ ਇਸ ਤਰੀਕੇ ਨਾਲ ਰਾਣਾ ਰਣਬੀਰ ਨੇ ਉਸ ਮੌਕੇ ਦੀ ਘਟਨਾ ਨੂੰ ਇੱਕ ਸ਼ਾਇਰੀ ਦੇ ਰੂਪ ਵਿੱਚ ਲਿਖ ਕੇ ਦਰਸਾਇਆ ਹੈ ਦਰਸਾ ਲ ਕੁਝ ਨੌਜਵਾਨਾਂ ਵੱਲੋਂ ਆਪਣੇ ਟਰੈਕਟਰਾਂ ਉੱਪਰ ਉੱਚੀ ਉੱਚੀ ਗੀਤ ਚਲਾਏ ਜਾ ਰਹੇ ਸਨ ਅਤੇ ਉਹ ਹੁੱਲੜਬਾਜੀ ਕਰ ਰਹੇ ਸਨ ਜਦ ਨਿਹੰਗ ਸਿੰਘ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਸ਼ਰੀਆਮ ਉਸ ਦਾ ਕਤਲ ਕਰ ਦਿੱਤਾ ਅਤੇ ਗੁਰੂ ਦੀ ਪਾਵਨ ਧਰਤੀ ਤੇ ਖੂਨ ਦੀ ਹੋਲੀ ਖੇਢੀ ਗਈ ਬਾਕੀ ਤੁਸੀਂ ਉਹਨਾਂ ਨੌਜਵਾਨਾਂ ਬਾਰੇ ਅਤੇ ਰਾਣਾ ਰਣਬੀਰ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ